ਯੋਧੇ ਵਾਲ ਵਾਰਡ ਤੇ SHO ਸੀ ਤੇ ਇਹਨਾਂ ਨੇ ਇੱਕ ਉਦੋਂ ਕਿਉਂਕਿ ਸਾਰੇ ਲੋਕ TV ਦੇਖਦੇ ਸੀ ਸਪੈਸ਼ਲ CM ਸਾਹਿਬ ਨੇ ਇਹਨਾਂ ਦੇ ਰਹੇ ਨੇ ਤੇ ਕਿਵੇਂ ਉਹਨਾਂ ਨੂੰ ਹੈਂਡਲ ਕਰਨਾ ਤੁਹਾਨੂੰ ਸਾਰੀਆਂ ਨਸਾਂ ਨੂੰ ਇਵਨ ਕਿ ਲੇਡੀ ਨੂੰ ਇੱਕ ਲੇਡੀ ਨੇ ਹੈਂਡਲ ਕਰਨਾ ਤੇ ਬੜਾ ਵਧੀਆ ਹਾਂਜੀ ਹਾਂਜੀ ਕੁਛ ਨਹੀਂ ਦੋ ਲਫ਼ਜ਼ ਬੋਲਦਾ ਜੀ ਜੋ ਮਰਜ਼ੀ ਤੁਸੀਂ ਹਸਪੀਟਲ 'ਚ ਨਰਸਾਂ ਨੂੰ ਕਿਵੇਂ ਸੰਭਾਲਦੇ ਹੋ ਉਹੀ ਦੱਸ ਦਿਓ ਉਸ ਤੋਂ ਪਲੱਸ ਦੂਸਰੇ ਪਾਸੇ ਦੂਸਰਾ ਕੋਈ ਲੜਕੇ ਵਾਲਾ ਪਰਿਵਾਰ ਆ ਉਹ ਵਧੀਆ ਅੱਛਾ ਪਰਿਵਾਰ ਆ ਜਾਂ ਉਹ ਦੁਨਿਆਵੀ ਤੌਰ ਤੇ ਨਵਾਂ ਇੱਕ ਵਫਾਦ ਦੁਨੀਆਂ ਦੇ ਵਿੱਚ ਚੱਲਿਆ ਵਾ ਜਿਹੜੇ ਪਰਿਵਾਰ ਜ਼ਰੂਰੀ ਆ ਜੇ ਦੋਨੇ ਪਰਿਵਾਰ ਇਸ ਵਿੱਚ ਆਪਦੀ ਸਹਿਮਤੀ ਪ੍ਰਗਟ ਕਰਦੇ ਆ ਬੜੀ ਪਿਆਰੀ ਆਵਾਜ਼ ਆ ਜੀ ਜਿਹਨੇ ਵਧੀਆ ਅਫਸਰ ਨੇ ਅਤੇ ਉਨੀ ਇਹਨਾਂ ਦੀ ਆਵਾਜ਼ ਵੀ ਬੜੀ ਪਿਆਰੀ ਆ ਅਤੇ ਸਾਨੂੰ ਗੀਤ ਸੁਣਾਉਣਗੇ ਜੀ ਮੈਂ ਕਹਿੰਦਾ ਜ਼ਾਰਾ ਉਹ ਪਤਾ ਨਹੀਂ ਇਸ ਤਰ੍ਹਾਂ ਕਰਕੇ ਸੀ ਗੀਤ ਤੂੰ ਸੱਚ ਮੁੱਚ ਰਾਣੀ ਮਾਂ ਤੂੰ ਸੱਚ ਮੁੱਚ ਰਾਣੀ ਦਿਲ ਭਰ ਜਾਂਦਾ ਜਦ ਬਚਪਨ ਦੀ ਦਿਲ ਭਰ ਜਾਂਦਾ ਜਦ ਬਚਪਨ ਦੀ ਆ ਜਾਂਦੀ ਯਾਦ ਕਹਾਣੀ ਮਾਂ ਤੂੰ ਸੱਚ ਮੁੱਚ ਰਾਣੀ ਤੂੰ ਸੱਚ ਮੁੱਚ ਰਾਣੀ ਆਪਣੇ ਵਾਸਤੇ ਆਪਣੀ ਫੈਮਿਲੀ ਵਾਸਤੇ ਟਾਈਮ ਨਹੀਂ ਮਿਲਦਾ ਤਾਂ ਆਈ ਹੈਵ ਫਿਊ ਲਾਈਨਸ ਤਾਂ ਇੱਕ ਵਾਰੀ ਸੁਣ ਲਓ ਪੜ੍ਹ ਕਿਤਾਬਾਂ ਰੱਟੇ ਲਾ ਲੇ ਡਿਗਰੀ ਤੰਗੇ ਗਲ ਵਿੱਚ ਪਾ ਲੇ ਹੁਣ ਦੁਨੀਆਂ ਵਿੱਚ ਫਸਦਾ ਜਾਵੀਂ ਬੇਮਕਸਦ ਹੀ ਤੂੰ ਨੱਸਦਾ ਜਾਵੀਂ ਜੀਣ ਦਾ ਮਕਸਦ ਭੁੱਲ ਜਾਣਾ ਜੀਣ ਦਾ ਮਕਸਦ ਭੁੱਲ ਸੋਰੀ ਇੱਕ ਮੈਂ ਸਾਰੇ ਮੁੱਖ ਮਹਿਮਾਨਾਂ ਦਾ ਇਹਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਪਲੱਸ ਦੂਸਰੇ ਪਾਸੇ ਦੂਸਰਾ ਕੋਈ ਲੜਕੇ ਵਾਲਾ ਪਰਿਵਾਰ ਆ ਉਹ ਵਧੀਆ ਅੱਛਾ ਪਰਿਵਾਰ ਆ ਜਾਂ ਉਹ ਦੁਨਿਆਵੀ ਤੌਰ ਤੇ ਜ਼ਰੂਰੀ ਆ ਜੇ ਦੋਨੇ ਪਰਿਵਾਰ ਇਸ ਵਿੱਚ ਆਪਦੀ ਸਹਿਮਤੀ ਪ੍ਰਗਟ ਕਰਦੇ ਆ ਬੇਟੇ ਦਿਖਾ ਦੇ ਮੈਨੂੰ ਫੋਟੋ ਦਿਖਾ ਦਿੱਤੇ ਮੇਰਾ ਫੋਟੋ ਕੰਮ ਕਰ ਰਹੇ ਨੇ ਬੜੇ ਅੱਛੇ ਰਿਜ਼ਲਟ ਜਿਹੜੇ ਹੈਗੇ ਸਾਡੇ ਮਿਲ ਰਹੇ ਆ ਪਰ ਮੈਂ ਉਹ ਚੀਜ਼ ਤੋਂ ਹਟ ਕੇ ਅੱਜ ਲੋਹੜੀ ਵਾਲੇ ਫੰਕਸ਼ਨ 'ਤੇ ਆਵਾਂ ਵੀ ਰੌਣਕ ਮੇਲਾ ਜਿਹੜਾ ਇਹ ਲੱਗ ਰਿਹਾ ਮੈਨੂੰ ਆਇਆ ਵੀ ਉਹ ਲਵਪ੍ਰੀਤ ਸਾਡਾ ਉੱਠ ਕੇ ਉਹਦੇ ਮਨ 'ਚ ਤਰੰਗ ਜੀ ਉੱਠੀ ਵੀ ਮੈਂ ਵੀ ਕੁਛ ਗਾਵਾਂ ਮਤਲਬ ਅੱਜ ਜਿਹਦੇ ਜਿਹਦੇ ਮਨ 'ਚ ਕੋਈ ਬਲਬਲੇ ਉੱਠ ਰਹੇ ਆ ਉਹ ਦਿਲ 'ਚ ਨਾ ਲਗੋਇਓ ਇੱਕ ਇਹੋ ਜਿਹੇ ਸਮਾਗਮ ਹੁੰਦਾ ਕਿਤੇ ਕਿਤੇ ਪਰਿਵਾਰਕ ਜੇ ਜਿੱਥੇ ਤੁਹਾਨੂੰ ਕਿਸੇ ਐਕਚੁਲੀ ਇੱਕ ਪੇਂਡੂ ਸਰਦਾ ਹੋਣ ਦੇ ਨਾਤੇ ਜੇ ਸਾਡੇ ਨਾਲੋਂ ਵੱਡੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਵੱਡੇ ਨੇ ਇਹ ਕਾਹਨੂੰ ਸਭ ਤੋਂ ਕੋਈ ਮੰਗਣਗੇ ਜਿਹਨਾਂ ਨੇ ਦਾਜ ਮੰਗਣ ਲਗਾਤਾਰ ਵੱਖ ਵੱਖ ਸੰਸਥਾਵਾਂ ਨੂੰ ਪ੍ਰਾਪਤ ਕਰ ਰਹੀਆਂ ਅੱਜ ਸਾਡੀ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਰਜਿਸਟਰਡ ਵੱਲੋਂ ਅਸੀਂ 28 ਧੀਆਂ ਦਾ ਲੋਹੜੀ ਮੇਲਾ ਮਨਾਇਆ ਗਿਆ ਜੀ ਜਿਸ ਵਿੱਚ ਸਾਡੇ ਕੋਲ ਮੁੱਖ ਮਹਿਮਾਨ ਦੇ ਤੌਰ 'ਤੇ ਸਾਡੇ ACP ਗੁਰਦੇਵ ਸਿੰਘ ਜੀ ਆਲੂਵਾਲੀਆ ਚੇਚੇ ਤੌਰ 'ਤੇ ਪਹੁੰਚੇ ਇਸ ਮੌਕੇ 'ਤੇ ਜਿੱਥੇ ਅਸੀਂ ਕੁਛ ਬੱਚਿਆਂ ਨੂੰ ਲੋਹੜੀ ਵੰਡੀ ਉੱਥੇ ਮਹਾਨਗਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਇੰਜੀਨੀਅਰ ਹਰਵੀਰ ਕੌਰ ਗਿੱਲ ਜੀ SHO ਅਰਸ਼ਪ੍ਰੀਤ ਕੌਰ ਗਰੇਵਾਲ SHO ਮਧੂਵਾਲਾ ਜੀ ਪ੍ਰਿੰਸੀਪਲ ਮਮਤਾ ਮਹਿਰਾ ਜੀ ਮੈਨੇਜਰ IT SPS ਹੌਸਪੀਟਲ ਤੋਂ ਲਖਵਿੰਦਰ ਕੌਰ ਜੀ ਡਾਕਟਰ ਸਮਤਾ ਗੋਇਲ ਜੀ ਡਾਕਟਰ ਸਵੇਤਾ ਜੀ ਅਤੇ ਮੈਮ ਰਮਨ ਜੀ ਇਹਨਾਂ ਨੂੰ ਅਸੀਂ ਸਾਡੀ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਅਸੀਂ ਸਨਮਾਨਿਤ ਵੀ ਕੀਤਾ ਅੱਜ ਅਤੇ ਇਸ ਤਰ੍ਹਾਂ ਦੇ ਅਸੀਂ ਉਪਰਾਲੇ ਤੁਹਾਨੂੰ ਪਤਾ ਕਰਦੇ ਰਹੇ ਜਿਸ ਤਰ੍ਹਾਂ ਵੀ ਕੋਈ ਤਿਉਹਾਰ ਹੋਵੇ
ਅਸੀਂ ਉਹਦੇ ਵਿੱਚ ਕਰਦੇ ਹਾਂ। ਇਸ ਮੌਕੇ 'ਤੇ ਕਾਫੀ ਸ਼ਖਸੀਅਤਾਂ ਨੇ ਇਸ ਮੌਕੇ 'ਤੇ ਸਾਨੂੰ ਗੀਤ ਮਨੋਰੰਜਨ ਵੀ ਕੀਤਾ, ਗੀਤਾਂ ਰਾਹੀਂ ਸਾਰਿਆਂ ਨੇ ਸੁਣਿਆ ਜੀ। ਅੱਜ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜੀ ਸਰਦਾਰ ਲਖਵੀਰ ਸਿੰਘ ਬੱਦੋਵਾਲ ਜੀ, ਉਹਨਾਂ ਦੀ ਬੇਟੀ ਦੇ ਬਰਥਡੇ 'ਤੇ ਅੱਜ 28ਵਾਂ ਧੀਆਂ ਦੀ ਲੋਹੜੀ ਦਾ ਮੇਲਾ ਹੋਟਲ ਔਨ ਵਿੱਚ ਮਨਾਇਆ ਗਿਆ, ਜਿੱਥੇ ਸਾਰੇ ਹੀ ਬਹੁਤ ਸਾਰੇ ਮਹਿਮਾਨ ਜਿਹੜੇ ਇਕੱਠੇ ਹੋਏ, ਬਹੁਤ ਹੀ ਰੰਗੀਨ ਸ਼ਾਮ ਜਿਹੜੀ ਹੈਗੀ ਹੈ ਗੀਤਾਂ ਨਾਲ ਮਨਾਈ ਗਈ। ਵੱਖ ਵੱਖ ਪਰਸਨੈਲਿਟੀਜ਼ ਨੇ ਆਪਣੇ ਜਿਹੜੇ ਵਿਚਾਰ ਵੀ ਸਾਡੇ ਇੱਥੇ ਸਾਂਝੇ ਕੀਤੇ, ਅਤੇ ਬੱਚੀਆਂ ਨੂੰ ਗਿਫਟ ਵਗੈਰਾ ਦੇ ਕੇ ਹੋਰ ਪੈਸਿਆਂ ਦੇ ਹਾਰ ਪਾ ਕੇ ਧੀਆਂ ਦਾ ਸਨਮਾਨ ਕੀਤਾ ਗਿਆ। ਅਤੇ ਸਮਾਜ ਵਿੱਚ ਜਿਹੜੀ ਧੀਆਂ ਦਾ ਵਿਸ਼ੇਸ਼ ਸਥਾਨ ਹੈ ਉਹਦੇ ਬਾਰੇ ਅੱਜ ਬਹੁਤ ਵਧੀਆ ਇੱਥੇ ਵਿਚਾਰਾਂ ਵੀ ਹੋਈਆਂ, ਅਤੇ ਇੱਥੇ ਇਸ ਪ੍ਰੋਗਰਾਮ 'ਚ ਆ ਕੇ ਮੈਂ ਆਪਣੇ ਆਪ ਨੂੰ ਬੜਾ ਮਾਣ ਮੱਤਾ ਮਹਿਸੂਸ ਕਰ ਰਿਹਾ। ਅਤੇ ਮੈਂ ਸਭ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਦਿੰਦਾ, ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਡੇ ਸਮਾਜ 'ਚ ਧੀਆਂ ਦਾ ਵਿਸ਼ੇਸ਼ ਦਰਜਾ ਇੱਦਾਂ ਹੀ ਹੋਰ ਦੁੱਗਣੀ ਚੌਗਣੀ ਤਰੱਕੀ ਨਾਲ ਜਿਹੜੀਆਂ ਸਾਡੀਆਂ ਧੀਆਂ ਹੈ ਉਹ ਆਪਣਾ ਹੋਰ ਜਿਹੜਾ ਅੱਛੇ ਕੰਮਾਂ ਦਾ ਜਿਹੜਾ ਅੱਜ ਮੈਂ ਦੇਖ ਰਿਹਾ ਸੀ ਜਿੰਨੀਆਂ ਵੀ ਇੱਥੇ ਲੇਡੀਜ਼ ਆਈਆਂ ਹੋਈਆਂ ਸਾਰੀਆਂ ਪ੍ਰਮੁੱਖ ਨੇ, ਬਹੁਤ ਅੱਛਾ ਸਮਾਜ ਜਿਹੜੀ ਹੈਗੀ ਹੈ ਉਹਨਾਂ ਦੀ ਸੇਧ ਹੈ। ਪਰਮਾਤਮਾ ਇਹਨਾਂ ਸਭ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਲੰਮੀਆਂ ਉਮਰਾਂ ਕਰੇ। ਧੰਨਵਾਦ। ਮੈਂ ਮਮਤਾ ਮਹਿਰਾ ਔਰ ਹਰੀ ਸਿੰਘ ਨਲਵਾ ਵੈਲਫੇਅਰ ਸੁਸਾਇਟੀ ਕਲਸ਼ਰ ਨੇ ਅੱਜ ਧੀਆਂ ਦੀ ਲੋਹੜੀ ਸੈਲੀਬ੍ਰੇਟ ਕੀਤੀ ਹੈ। ਹਰਪ੍ਰੀਤ ਕੌਰ ਜੀ ਦਾ ਬਰਥਡੇ ਵੀ ਸੀ ਅੱਜ, ਨਾਲ ਦੀ ਨਾਲ ਉਹ ਵੀ ਸੈਲੀਬ੍ਰੇਟ ਕੀਤਾ ਗਿਆ। ਔਰ ਬਹੁਤ ਅੱਛਾ ਲੱਗਾ ਕਿ ਪੰਜਾਬੀ ਕਲਚਰ ਨੂੰ ਇਹਨਾਂ ਨੇ ਨਾਲ ਰੱਖਦਿਆਂ ਹੋਇਆ ਅੱਜ ਉਹਨਾਂ ਧੀਆਂ ਦਾ ਸਨਮਾਨ ਕੀਤਾ, ਜੋ ਕਿ ਵਾਕਈ ਹੀ ਆਪਣੀ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਇੱਕ ਮੁੰਡਾ ਮੁੰਡਾ ਜੋੜ ਕੇ ਅੱਗੇ ਵੱਧ ਰਹੀਆਂ ਨੇ, ਸਮਾਜ ਵਿੱਚ ਆਪਣਾ ਨਾਮ ਰੋਸ਼ਨ ਕਰ ਰਹੀਆਂ ਨੇ। ਔਰ ਇਸ ਮੌਕੇ 'ਤੇ ਮੈਨੂੰ ਵੀ ਇੱਕ ਵਿਸ਼ੇਸ਼ ਇਹਨਾਂ ਨੇ ਸਨਮਾਨ ਦਿੱਤਾ, ਮੈਨੂੰ ਆਨਰ ਕੀਤਾ। ਔਰ ਮੈਂ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਕਿ ਪਰਮਾਤਮਾ ਇਹਨਾਂ ਨੂੰ ਇਸ ਤਰ੍ਹਾਂ ਹੀ ਅੱਗੇ ਵਧਾਵੇ ਔਰ ਵੱਧਦੀ ਚੜ੍ਹਦੀ ਕਲਾ ਦੇ ਵਿੱਚ ਹੀ ਰੱਖੇ। ਧੰਨਵਾਦ।